ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀ ਵੀ 'ਤੇ। ਅੱਜ 17 ਮਹੀਨੇ ਦੇ ਬਾਅਦ ਦਿੱਲੀ ਦੇ ਸਾਬਕਾ ਡਿਪਟੀ CM ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਜ਼ਮਾਨਤ ਦੇ ਦਿੱਤੀ ਹੈ। 17 ਮਹੀਨਿਆਂ ਬਾਅਦ ਅੱਜ ਜੇਲ੍ਹ 'ਚੋਂ ਬਾਹਰ ਆਉਣਗੇ ਮਨੀਸ਼ ਸਿਸੋਦੀਆ। ਸ਼ਰਾਬ ਘੁਟਾਲੇ ਦਾ ਇਲਜ਼ਾਮ ਹੈ ਇਹਨਾਂ 'ਤੇ। CBI ਨੇ ਪਹਿਲੇ ਅਰੈਸਟ ਕੀਤਾ, ਫਿਰ ED ਨੇ ਵੀ ਪਰਚਾ ਦਰਜ ਕੀਤਾ। ਬੜਾ ਲੰਬਾ ਕੇਸ ਚੱਲਿਆ, ਬੜੀ ਦੇਰ ਤੋਂ ਜ਼ਮਾਨਤ ਦੇ ਲਈ ਜੱਦੋਜਹਿਦ 'ਚ ਸੀਗੇ ਮਨੀਸ਼ ਸਿਸੋਦੀਆ। ਅਖੀਰ ਦੇ ਵਿੱਚ 17 ਮਹੀਨਿਆਂ ਬਾਅਦ ਅੱਜ ਜੇਲ੍ਹ 'ਚੋਂ ਬਾਹਰ ਆਉਣਗੇ। ਸੁਪਰੀਮ ਕੋਰਟ ਦੀ ਡਬਲ ਬੈਂਚ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ। ਸੁਪਰੀਮ ਕੋਰਟ ਦੀ ਡਬਲ ਬੈਂਚ ਤੋਂ ਪਹੁੰਚਣ ਤੋਂ ਪਹਿਲਾਂ ਇੱਕ ਵਾਰੀ ਸੁਪਰੀਮ ਕੋਰਟ 'ਚ ਪਹਿਲਾਂ ਵੀ ਇਹਨਾਂ ਦੀ ਅਰਜ਼ੀ ਲੱਗੀ, ਉਦੋਂ ਖਾਰਜ ਹੋ ਗਈ। ਫਿਰ ਸੁਪਰੀਮ ਕੋਰਟ ਤੋਂ ਪਹਿਲਾਂ ਹਾਈ ਕੋਰਟ, ਸੈਸ਼ਨ ਕੋਰਟ, ਇਹਨਾਂ ਸਾਰੀ ਅਦਾਲਤਾਂ ਨੇ ਜ਼ਮਾਨਤ ਅਰਜ਼ੀ ਜਿਹੜੀ ਹੈ ਮਨੀਸ਼ ਸਿਸੋਦੀਆ ਦੀ ਖਾਰਜ ਕਈ ਵਾਰ ਕੀਤੀ। ਉਸ ਤੋਂ ਬਾਅਦ ਅੰਤ ਦੇ ਵਿੱਚ ਅੱਜ ਫਾਈਨਲੀ ਉਹਨਾਂ ਦੇ ਲਈ ਇੱਕ ਰਾਹਤ ਵਾਲੀ ਗੱਲ ਹੈ। ਇਹ ਗੱਲ ਮੈਂ ਤੁਹਾਡੇ ਅੱਗੇ ਤਾਂ ਰੱਖ ਰਿਹਾ ਕਿ ਅੱਜ ਜਦੋਂ ਡਬਲ ਬੈਂਚ ਨੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦਿੱਤੀ ਹੈ, ਕੁਝ ਸ਼ਰਤਾਂ ਦੇ ਨਾਲ ਜ਼ਮਾਨਤ ਦਿੱਤੀ ਹੈ, 10 ਲੱਖ ਰੁਪਏ ਦਾ ਨਿੱਜੀ ਮਚੂਲਕਾ ਭਰਨਾ ਪਏਗਾ, ਪਾਸਪੋਰਟ ਜ਼ਬਤ ਕਰਾਉਣਾ ਪਏਗਾ, ਹਫ਼ਤੇ ਦੇ ਵਿੱਚ ਥਾਣੇ ਆਪਣੀ ਜਾ ਕੇ ਪ੍ਰੈਜੈਂਟ ਲਵਾਉਣੀ ਪਏਗੀ ਮਨੀਸ਼ ਸਿਸੋਦੀਆ ਨੂੰ, ਇਹ ਸ਼ਰਤਾਂ ਦੇ ਤਹਿਤ ਉਹਨੂੰ ਜ਼ਮਾਨਤ ਤਾਂ ਉਹਨਾਂ ਨੂੰ ਮਿਲੀ। ਪਰ ਜ਼ਮਾਨਤ ਦੇਣ ਵੇਲੇ ਸੁਪਰੀਮ ਕੋਰਟ ਦੇ ਡਬਲ ਬੈਂਚ ਦੇ ਵੱਲੋਂ ਇੱਕ ਬੜਾ ਇੰਪੋਰਟੈਂਟ ਕਮੈਂਟ ਆਇਆ। ਉਹ ਕਮੈਂਟ ਜਿਹੜਾ ਦੇਸ਼ ਦੀ ਸਾਰੀ ਕਾਨੂੰਨ ਵਿਵਸਥਾ ਦੇ ਲਈ, ਸਾਰੀ ਅਦਾਲਤਾਂ ਦੇ ਕਾਰਗੁਜ਼ਾਰੀ ਦੇ ਲਈ ਇਹ ਬੜਾ ਅਹਿਮ ਹੈ, ਔਰ ਆਮ ਲੋਕਾਂ ਦੀ ਜ਼ਿੰਦਗੀ ਦੇ ਹੁਣ ਇਹ ਕੀ ਪ੍ਰਭਾਵ ਪਏਗਾ ਤੁਹਾਨੂੰ ਆਪਾਂ ਸਿਲਸਿਲੇਵਾਰ ਸਮਝਾਉਂਦੇ ਹਾਂ ਮੇਰੇ ਨਾਲ ਮੇਰੇ ਸਹਿਯੋਗੀ ਪਰਮਿੰਦਰ ਬਰਿਆਣਾ ਜੀ ਨੇ। ਬਰਿਆਣਾ ਸਾਹਿਬ, ਕਿਉਂਕਿ ਬੜੀ ਲੰਬੀ ਜੱਦੋਜਹਿਦ ਰਹੀ, ਅਖੀਰ ਦੇ ਵਿੱਚ ਜ਼ਮਾਨਤ ਤਾਂ ਮਿਲੀ, ਪਰ ਜਿਸ ਤਰ੍ਹਾਂ ਦੇ ਜੋ ਅੱਜ ਜੱਜ ਸਾਹਿਬ ਦੇ ਕਮੈਂਟ ਰਹੇ ਉਹਦੇ ਨਾਲ ਸੁਪਰੀਮ ਕੋਰਟ ਤੋਂ ਲੈ ਕੇ ਸੈਸ਼ਨਸ ਕੋਰਟ ਤੱਕ ਕੀ ਲੱਗਦਾ ਤੁਹਾਨੂੰ, ਕੀ ਪ੍ਰਭਾਵ ਪਏਗਾ ਉਸ ਕਮੈਂਟ ਦਾ, ਔਰ ਕੀ ਹਾਲਾਤ ਬਦਲ ਸਕਦੇ ਨੇ? ਦੇਖੋ, ਜ਼ਮਾਨਤ ਦਾ ਇੱਕ ਪ੍ਰੋਸੀਜਰ ਹੁੰਦਾ, ਜਦੋਂ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਉਹ ਸਰਲ ਭਾਸ਼ਾ ਦੇ ਵਿੱਚ ਇਹ ਸਮਝਾਉਣਾ ਚਾਹੀਦਾ ਕਿ ਆਖਿਰਕਾਰ ਜਦੋਂ ਇੱਕ ਬੰਦਾ ਗ੍ਰਿਫਤਾਰ ਹੁੰਦਾ, ਗ੍ਰਿਫਤਾਰ ਤੋਂ ਬਾਅਦ ਉਹਦਾ ਪ੍ਰੋਸੀਜਰ ਆ ਵੀ ਥੱਲੋਂ ਹੇਠਲੀ ਅਦਾਲਤ ਜਿਹੜੀ ਸਭ ਤੋਂ ਪਹਿਲਾਂ ਮੈਜਿਸਟਰੇਟ ਆਉਂਦਾ, ਜੇ ਮੈਜਿਸਟਰੇਟ ਦੇ ਸੁਣਵਾਈ ਅਧੀਨ ਵਾਲਾ ਮਾਮਲਾ ਹੋਏਗਾ ਤਾਂ ਉਹ ਸੁਣਵਾਈ ਕਰਕੇ ਅਦਾਲਤ ਉਹਨੂੰ ਜ਼ਮਾਨਤ ਦੇਣੀ ਆ ਜਾਂ ਨਹੀਂ ਦੇਣੀ ਆ, ਉਹਦੇ ਜੁਰਮ ਦੇ ਮੁਤਾਬਕ ਹੁੰਦਾ। ਉਸ ਤੋਂ ਬਾਅਦ ਉਹ ਅੱਗੇ ਜਾਂਦਾ ਸੈਸ਼ਨ ਕੋਰਟ ਦੇ ਵਿੱਚ, ਸੈਸ਼ਨ ਕੋਰਟ ਦੇ ਵਿੱਚ ਜਾਂਦਾ ਅਤੇ ਸੈਸ਼ਨ ਕੋਰਟ ਵੀ ਦੇਖਦਾ ਕਿ ਕੀ ਇਹਨੂੰ ਜ਼ਮਾਨਤ ਦੇਣੀ ਬਣਦੀ ਆ ਜਾਂ ਨਹੀਂ ਦੇਣੀ ਬਣਦੀ। ਫਿਰ ਉਹ ਉਸ ਤੋਂ ਬਾਅਦ ਉਹ ਹਾਈ ਕੋਰਟ 'ਚ ਜਾਂਦਾ, ਹਾਈ ਕੋਰਟ ਤੋਂ ਜਾਣ ਤੋਂ ਬਾਅਦ ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਜਾਂਦਾ। ਲੇਕਿਨ ਇਸ ਸਾਰੇ ਮਾਮਲੇ ਦੇ ਵਿੱਚ ਜਿੱਥੇ ਉਹਨਾਂ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਨੂੰ ਜਸਟੀਫਾਈਡ ਕੀਤਾ ਆ ਕਿ ਵੀ 17 ਮਹੀਨੇ ਜਿਹੜਾ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਇੱਕ ਖਾਸ ਉਹਨਾਂ ਨੇ ਟਿੱਪਣੀ ਦਾ ਜ਼ਿਕਰ ਕੀਤਾ ਵੀ ਜਿਹੜਾ ਜ਼ਮਾਨਤ ਆ ਉਹ ਹੱਕ ਆ ਅਤੇ ਜੇਲ੍ਹ ਜਿਹੜੀ ਆ ਅਪਵਾਦ ਆ। ਸੋ ਇਹ ਇੱਕ ਬੜੀ ਗੰਭੀਰ ਟਿੱਪਣੀ ਆ ਆਮ ਲੋਕਾਂ ਲਈ। ਕੀ ਹੋਇਆ ਕਿ ਇੱਕ ਨਾਲ ਹੀ ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਆ ਡਬਲ ਬੈਂਚ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਰੁਝਾਨ ਸੁਪਰੀਮ ਕੋਰਟ 'ਚ ਦੇਖਣ 'ਚ ਆ ਰਿਹਾ ਕਿ ਜਿਹੜੀਆਂ ਜ਼ਮਾਨਤਾਂ ਜਿਹੜੀਆਂ ਥੱਲੀਆਂ ਅਦਾਲਤਾਂ ਵੱਲੋਂ ਲੈ ਲੈਣੀਆਂ ਚਾਹੀਦੀਆਂ ਸੀਗੀਆਂ ਉਹ ਸੁਪਰੀਮ ਕੋਰਟ 'ਤੇ ਕਰਾ ਰਿਹਾ। ਅੱਛਾ, ਵੀ ਹੇਠਲੀਆਂ ਅਦਾਲਤਾਂ ਜਿਹੜੀਆਂ ਆ ਸੁਰੱਖਿਅਤ ਰਸਤਾ ਅਪਣਾ ਰਹੀਆਂ ਨੇ। ਅੱਛਾ, ਖਾਸ ਕਰਕੇ ਉਹਨਾਂ ਕੇਸਾਂ ਦੇ ਵਿੱਚ ਜਿਹਨਾਂ ਕੇਸਾਂ ਦੇ ਵਿੱਚ ਕੋਈ ਕੰਟਰੋਵਰਸੀ ਹੁੰਦੀ ਆ ਅਤੇ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਅਦਾਲਤ ਜਿਹੜੀ ਆ ਉਹ ਜ਼ਮਾਨਤ ਕੈਂਸਲ ਕਰਕੇ ਉਹ ਅੱਗੇ ਤੋਰ ਦਿੰਦੀ ਵੀ ਸਾਡੇ 'ਤੇ ਕੋਈ ਕੱਲ੍ਹ ਨੂੰ ਗੱਲ ਨਾ ਆਵੇ। ਸੋ ਇਹਦੇ ਨਾਲ ਇੱਕ ਕੀ ਹੁੰਦਾ ਕਿ ਇੱਕ ਜਿਹੜਾ ਪੀੜਿਤ ਹੁੰਦਾ ਵਿਅਕਤੀ ਉਸ ਮਹੀਨਿਆਂ ਵਧੀ ਕਿ ਕਈ ਵਾਰੀ ਸਾਲਾਂ ਵਧੀ ਜੇਲ੍ਹਾਂ ਦੇ ਵਿੱਚ
ਜਿਹੜਾ ਆ ਉਹ ਬੰਦ ਰਹਿੰਦਾ ਅਤੇ ਉਹਦਾ ਨਤੀਜਾ ਕੀ ਹੁੰਦਾ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਵਿਅਕਤੀ ਬਾਅਦ ਵਿੱਚ ਬਰੀ ਵੀ ਹੋ ਜਾਂਦਾ ਅਤੇ ਜਦ ਨੂੰ ਉਹਦੇ 4-5 ਸਾਲ ਜੇਲ੍ਹ ਦੇ ਵਿੱਚ ਰਹਿ ਜਾਂਦੇ ਆ। ਹੁਣ ਆਮ ਆਦਮੀ ਪਾਰਟੀ ਇਸੇ ਮੁੱਦੇ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਜਿਹੜੇ ਜ਼ਮਾਨਤ ਤਾਂ ਹੋ ਗਈ ਆ ਲੇਕਿਨ ਆਮ ਆਦਮੀ ਪਾਰਟੀ ਵੀ ਇਸ ਨੂੰ ਮੁੱਦਾ ਬਣਾਉਣ ਜਾ ਰਹੀ ਆ ਕਿ ਜਿਹੜੇ 17 ਮਹੀਨੇ ਜਿਹੜੇ ਆ 17 ਮਹੀਨੇ ਜਿਹੜੇ ਆ ਉਹ ਰਹੇ ਨੇ ਜਿਹੜਾ ਜੇਲ੍ਹ ਦੇ ਵਿੱਚ ਉਹ ਕਿਸ ਖਾਤੇ ਜਾਣਗੇ, ਉਹਦਾ ਭੁਗਤਾਨ ਕੀ ਹੋਏਗਾ ਕਿ ਜਦਕਿ ਜਿਹੜੀ ਉਹਨਾਂ ਨੇ ਜੁਰਮ ਕੀਤਾ ਆ ਜਿਹੜੇ ਜੁਰਮ ਦੇ ਦੋਸ਼ ਨੇ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਉਹ ਉਹਦੇ ਵਿੱਚ ਸਜ਼ਾ ਮਹਿਜ਼ 3-7 ਸਾਲ ਦੀ ਆ ਤੇ 17 ਮਹੀਨੇ ਉਹਨਾਂ ਨੇ ਕੱਟ ਲਏ ਆ, ਅੱਧੀ ਚਲਾਨ ਵੀ ਹੁਣ ਪੇਸ਼ ਹੋਇਆ। ਸੋ ਜਿੱਦਾਂ ਮਨੀਸ਼ ਸਿਸੋਦੀਆ ਦੇ ਕੇਸ ਦੇ ਵਿੱਚ ਥੱਲੇ ਜੋ ਅਦਾਲਤਾਂ ਦਾ ਰੁੱਖ ਰਿਹਾ ਉਸ ਰੁੱਖ ਨੂੰ ਦੇਖ ਕੇ ਇਹ ਸੁਪਰੀਮ ਕੋਰਟ ਨੇ ਹਿੰਦੁਸਤਾਨ ਦੀਆਂ ਸਾਰੀਆਂ ਅਦਾਲਤਾਂ ਨੂੰ ਨਸੀਹਤ ਦਿੱਤੀ ਆ। ਬਿਲਕੁਲ, ਮੈਂ ਇੱਕ ਵਾਰੀ ਦੁਬਾਰਾ ਸਰਲ ਭਾਸ਼ਾ ਦੇ ਵਿੱਚ ਜਦੋਂ ਸਮਝਾ ਰਿਹਾ ਤੁਹਾਨੂੰ ਇਹ ਕੇਸ ਨੂੰ ਮਨੀਸ਼ ਸਿਸੋਦੀਆ ਦੇ ਨਾਲ ਜੋੜ ਕੇ ਨਾ ਦੇਖੋ, ਜੇ ਜਿਹੜੇ ਵੀ ਵਿਅਕਤੀ ਨੂੰ ਕੋਰਟ ਕਚਹਿਰੀਆਂ ਦੇ ਨਾਲ ਜਾਂ ਜਿਸ ਸਿਸਟਮ ਦੇ ਦਾਇਰੇ ਦੇ ਵਿੱਚ ਆਪਾਂ ਰਹਿ ਰਹੇ ਹਾਂ, ਆਪਾਂ ਸਾਰੇ ਲੋਅ ਅਬਾਈਡਿੰਗ ਸਿਟੀਜ਼ਨ ਹਾਂ, ਇਹ ਸਿਸਟਮ ਦੇ ਵਿੱਚ ਅੱਜ ਸੁਪਰੀਮ ਕੋਰਟ ਸਭ ਤੋਂ ਉੱਚਲੀ ਅਦਾਲਤ ਨੇ ਇਹ ਕਮੈਂਟ ਕੀਤਾ ਕਿ ਥੱਲੜੀਆਂ ਅਦਾਲਤਾਂ ਨਹੀਂ ਦਿੰਦੀਆਂ ਜ਼ਮਾਨਤਾਂ, ਜਿਹਦੇ 'ਤੇ ਵੀ ਆਰੋਪ ਲੱਗਦਾ ਉਹਨੂੰ ਜ਼ਮਾਨਤ ਨਹੀਂ ਦੇ ਰਹੇ, ਕਿਉਂਕਿ ਜ਼ਮਾਨਤ ਲੈਣਾ ਹੱਕ ਹੈ ਕਿਸੇ 'ਤੇ ਵੀ ਆਰੋਪ ਕੋਈ ਲੱਗਦਾ, ਚਾਹੇ ਉਹ ਮਰਡਰ ਦਾ ਆਰੋਪ ਲੱਗੇ, ਚਾਹੇ ਰੇਪ ਦਾ ਆਰੋਪ ਲੱਗੇ, ਚਾਹੇ ਚੋਰੀ ਦਾ ਆਰੋਪ ਲੱਗੇ, ਆਰੋਪੀ ਨੂੰ ਜਿਹੜੀ ਜ਼ਮਾਨਤ ਮਿਲਣਾ ਉਹਦਾ ਹੱਕ ਹੋ ਜਾਂਦਾ, ਉਹ ਜ਼ਮਾਨਤ ਲਈ ਅਪਲਾਈ ਕਰ ਸਕਦਾ। ਸਜ਼ਾ ਬਾਅਦ 'ਚ ਹੁੰਦੀ ਹੈ ਜਦੋਂ ਕੇਸ ਚੱਲਦਾ, ਸਭ ਕੁਝ ਪੈਰਵੀ ਜਦੋਂ ਦੋਵੇਂ ਪੱਖ ਰੱਖੇ ਜਾਂਦੇ ਨੇ, ਉਸ ਤੋਂ ਬਾਅਦ ਜੱਜ ਸਾਹਿਬ ਜਿਹੜੇ ਹੁੰਦੇ ਨੇ ਉਹ ਸਜ਼ਾ ਸੁਣਾਉਂਦੇ ਨੇ, ਫਿਰ ਪਤਾ ਲੱਗਦਾ ਕਿ ਇਹ ਦੋਸ਼ੀ ਹੈਗਾ ਵਿਅਕਤੀ ਜਾਂ ਦੋਸ਼ੀ ਨਹੀਂ ਹੈਗਾ। ਜਦੋਂ ਤੱਕ ਉਹਦੇ ਦੋਸ਼ ਆਇਆ ਨਹੀਂ ਹੁੰਦੇ ਉਦੋਂ ਤੱਕ ਤਾਂ ਉਹਨੂੰ ਜ਼ਮਾਨਤ ਲੈਣ ਦਾ ਹੱਕ ਹੁੰਦਾ। ਇਹੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਥੱਲੜੀਆਂ ਅਦਾਲਤ ਜ਼ਮਾਨਤਾਂ ਨਹੀਂ ਦਿੰਦੀਆਂ ਇਹੋ ਜਿਹੇ ਕੇਸਾਂ ਦੇ ਵਿੱਚ, ਤਾਂ ਫਿਰ ਜਿਹੜਾ ਆਰੋਪੀ ਹੈਗਾ ਉਹ ਸੁਪਰੀਮ ਕੋਰਟ ਤੱਕ ਉਹਨੂੰ ਆਉਣਾ ਪੈਂਦਾ। ਇਸ ਤਰ੍ਹਾਂ ਕੋਰਟ ਕਚਹਿਰੀਆਂ ਦਾ ਵੀ ਕੰਮ ਤਾਂ ਵੱਧਦਾ ਹੀ ਵੱਧਦਾ, ਨਾਲੇ ਜਿਹੜਾ ਵਿਅਕਤੀ ਜਿਹਨੂੰ ਹੱਕ ਹੈਗਾ, ਇਸ ਇੰਡੀਆ ਦੇ ਹਰ ਸਿਟੀਜ਼ਨ ਨੂੰ ਹੱਕ ਹੈਗਾ ਕਿ ਤੁਸੀਂ ਜ਼ਮਾਨਤ ਲੈ ਸਕਦੇ ਹੋ, ਜ਼ਮਾਨਤ ਅਪਲਾਈ ਕਰ ਸਕਦੇ ਹੋ, ਤਾਂ ਉਹਦੇ ਨਾਲ ਉਸ ਵਿਅਕਤੀ ਦਾ ਉਹਨੂੰ ਵੀ ਖਮਿਆਜ਼ਾ ਭੁਗਤਣਾ ਪੈਂਦਾ, ਉਹਨੂੰ ਵੀ ਖੱਜਲ ਖੁਆਰ ਹੋਣਾ ਪੈਂਦਾ, ਜੇਲ੍ਹ 'ਚ ਰਹਿਣਾ ਪੈਂਦਾ। ਹੁਣ ਬਰਿਆਣਾ ਸਾਹਿਬ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਇਹ ਨਿਚਲੀਆਂ ਅਦਾਲਤਾਂ ਇਹ ਇੱਕ ਆਰਡਰ ਮੰਨਿਆ ਜਾਊਗਾ ਜਾਂ ਇੱਕ ਨਸੀਹਤ ਆ, ਔਰ ਨਸੀਹਤ ਔਰ ਆਰਡਰ ਦੇ ਵਿੱਚ ਕਿੰਨਾ ਕੁ ਅੰਤਰ ਥੱਲੜੀਆਂ ਅਦਾਲਤ ਦੇਖਦੀਆਂ ਨੇ, ਫਿਰ ਕਿੰਨਾ ਕੁ ਉਹ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈਣਗੀਆਂ? ਦੋ ਚੀਜ਼ਾਂ ਹੁੰਦੀਆਂ ਨੇ। ਇੱਕ, ਜਦੋਂ ਵੀ ਕੋਈ ਵੀ ਵਿਅਕਤੀ ਜਦੋਂ ਹੁਣ ਬੇਲ ਦੀ ਐਪਲੀਕੇਸ਼ਨ ਮੂਵ ਕਰੇਗਾ, ਉਹ ਉਸ ਹਾਲਾਤ ਦੇ ਵਿੱਚ ਕਰੇਗਾ ਕਿ ਮੰਨ ਲਓ ਮੇਰੇ 'ਤੇ ਕੋਈ ਕੇਸ ਚੱਲ ਰਿਹਾ, ਮੈਂ ਜੇਲ੍ਹ ਦੇ ਵਿੱਚ ਹਾਂ, ਲੇਕਿਨ ਮੈਨੂੰ ਲੱਗ ਰਿਹਾ ਕਿ ਮੈਨੂੰ ਜ਼ਮਾਨਤ ਨਹੀਂ ਮਿਲ ਰਹੀ, ਮੈਂ ਫਿਰ ਮਨੀਸ਼ ਸਿਸੋਦੀਆ ਦੀ ਉਹੀ ਜੱਜਮੈਂਟ ਲੈ ਕੇ ਆਪਣੇ ਨਾਲ ਲਵਾਂਗਾ, ਮੈਂ ਨਾਲ ਲਵਾਂਗਾ ਕਿ ਆਹ ਦੇਖੋ ਜੀ, ਇਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਕਿਹਾ ਆ ਕਿ ਮੈਂ ਜਿਹੜਾ ਆ ਮੈਨੂੰ ਜ਼ਮਾਨਤ ਮਿਲਣੀ ਚਾਹੀਦੀ ਆ। ਇੱਕ ਤਾਂ ਇਹ ਪ੍ਰੋਸੀਜਰ ਆ। ਦੂਸਰਾ ਕੀ ਹੁੰਦਾ ਕਿ ਕਈ ਵਾਰੀ ਇਸ ਤਰ੍ਹਾਂ ਦੇ ਆਰਡਰ ਤੋਂ ਲੈ ਕੇ ਫਿਰ ਜਿਹੜੇ ਆ ਸਪੈਸ਼ਲ ਆਰਡਰ ਜਿਹੜੇ ਆ ਉਹ ਇੱਕ ਹਦਾਇਤਾਂ ਜਿਹੜੀਆਂ ਆ ਸੁਪਰੀਮ ਕੋਰਟ ਵੱਲੋਂ ਫਿਰ ਨਿਚਲੀਆਂ ਅਦਾਲਤਾਂ ਨੂੰ ਬਕਾਇਦਾ ਤੌਰ ਤੇ ਲੈਟਰ ਵੀ ਆ ਸਕਦਾ ਕਿ ਤੁਸੀਂ ਜਿਹੜਾ ਆ ਜਿਹੜੇ ਆ ਬੇਲ ਵਾਲੇ ਮਾਮਲੇ ਦੇ ਵਿੱਚ ਠੀਕ ਰੁੱਖ ਅਖਤਿਆਰ ਕਰੋ। ਹੁਣ ਇਹਦਾ ਲੋਕਾਂ 'ਤੇ ਕੀ ਪ੍ਰਭਾਵ ਪੈਂਦਾ ਕਿ ਜਦੋਂ ਦੇਖੋ ਇੱਕ ਜ਼ਮਾਨਤ ਕਿਸ, ਪਹਿਲੀ ਗੱਲ ਤਾਂ ਇਹ ਆ ਵੀ ਜ਼ਮਾਨਤ ਲਈ ਹਰ ਕੇਸ ਦੇ ਵਿੱਚ ਚਾਹੇ ਮਨੀਸ਼ ਸਿਸੋਦੀਆ ਦਾ ਚਾਹੇ ਕੋਈ ਹੋਰ ਆ ਮਰਡਰ ਦਾ ਵੀ ਚਾਹੇ ਮਰਡਰ ਦਾ ਹਾਂ ਉਹ
ਕੇਸ ਟੂ ਕੇਸ ਵੇਰੀ ਕਰਦਾ ਵੀ ਉਹਦੇ ਵਿੱਚ ਜ਼ਮਾਨਤ ਦੇਣੀ ਬਣਦੀ ਕਿ ਨਹੀਂ ਦੇਣੀ ਬਣਦੀ, ਲੇਕਿਨ ਅਦਾਲਤ ਨੇ ਇਹ ਦੇਖਣਾ ਹੁੰਦਾ ਕੀ ਵੀ ਜੇ ਇਸ ਵਿਅਕਤੀ ਨੂੰ ਜਿਹੜਾ ਆ ਛੱਡਿਆ ਜਾਂਦਾ ਆ ਉਹ ਕਿਤੇ ਜੇਲ੍ਹ ਤੋਂ ਬਾਹਰ ਨਿਕਲ ਕੇ ਭੱਜ ਤਾਂ ਨਹੀਂ ਜਾਏਗਾ, ਗਵਾਹਾਂ ਨੂੰ ਪ੍ਰਭਾਵਿਤ ਨਾ ਕਰੇ, ਜਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਨਾ ਕਰੇ। ਇਹ ਦੋ ਚੀਜ਼ਾਂ ਜਿਹੜੀਆਂ ਅਹਿਮ ਜ਼ਮਾਨਤ ਦੇ ਵਿੱਚ ਦੇਖੀਆਂ ਜਾਂਦੀਆਂ। ਹੁਣ ਹੁੰਦਾ ਕੀ ਆ ਕਿ ਵੀ ਅਦਾਲਤਾਂ ਦੇ ਵਿੱਚ ਜੋ ਪਿਛਲੇ ਸਮੇਂ ਦੌਰਾਨ ਦੇਖਣ ਦੇ ਵਿੱਚ ਮਿਲਿਆ ਕਿ ਵੀ ਇਹਨੇ ਕਿੰਨੀ ਕਸਟਡੀ ਕੱਟ ਲਈ ਆ ਜੀ, ਵੀ ਜੇ ਉਹਨੇ ਅੱਧੀ ਸਜ਼ਾ ਕੱਟ ਲਈ ਆ ਜ਼ਮਾਨਤ ਦੇ ਦਿਓ, ਜੇ ਨਹੀਂ ਕੱਟੀ ਆ ਤਾਂ ਵੀ ਉਹਨੂੰ ਜ਼ਰੂਰ ਉਨਾ ਸਮਾਂ ਰੱਖੋ। ਚਲੋ ਕਤਲ ਵਾਲੇ ਮਾਮਲੇ ਜਿੱਦਾਂ ਗੈਂਗਸਟਰ ਨੇ ਉੱਥੇ ਜ਼ਮਾਨਤ ਨਹੀਂ ਬਣਦੀ, ਜਿਹੜਾ ਬਾਰ ਬਾਰ ਜੁਰਮ ਕਰਦਾ ਆ ਉਹਨੂੰ ਨਹੀਂ ਅਦਾਲਤ ਨਹੀਂ ਦੇਣੀ ਚਾਹੀਦੀ, ਅਸੀਂ ਵੀ ਉਹ ਸਮਾਜ ਵਾਸਤੇ ਵੀ ਨੁਕਸਾਨਦੇਹ ਆ। ਲੇਕਿਨ ਕਿਤੇ ਨਾ ਕਿਤੇ ਜਦੋਂ ਕੋਈ ਪਹਿਲਾ ਕ੍ਰਾਈਮ ਕਰਦਾ ਆ ਬੰਦਾ ਤੇ ਅਦਾਲਤਾਂ ਨੂੰ ਬੜਾ ਸਹਾਨੁਭੂਤੀ ਜਿਹੜਾ ਆ ਰੁੱਖ ਅਖਤਿਆਰ ਕਰਨਾ ਚਾਹੀਦਾ, ਕਿਉਂਕਿ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਜਾਂਦਾ ਆ ਉਹ ਇਕੱਲਾ ਬੰਦਾ ਨਹੀਂ ਜਾਂਦਾ, ਉਹਦਾ ਪੂਰਾ ਪਰਿਵਾਰ ਜਿਹੜਾ ਸਫ਼ਰ ਕਰਦਾ ਆ। ਉਸ ਤੋਂ ਬਾਅਦ ਜਦੋਂ ਆਪਾਂ ਥਲੜੀ ਅਦਾਲਤ ਦੇ ਵਿੱਚ ਆਪਾਂ ਜ਼ਮਾਨਤ ਲਾਉਂਦੇ ਹਾਂ, ਰਿਜੈਕਟ ਹੁੰਦੀ ਆ, ਹਾਈ ਕੋਰਟ 'ਚ ਜਾਂਦੇ ਹਾਂ, ਲੱਖਾਂ ਰੁਪਇਆ ਵਕੀਲਾਂ ਦੇ ਲੱਗਦੇ ਨੇ। ਬਿਲਕੁਲ, ਮੈਂ ਇਹੀ ਹੁਣ ਆਸਾਨ ਭਾਸ਼ਾ ਦੇ ਵਿੱਚ ਆਪਾਂ ਫਿਰ ਇੱਕ ਵਾਰੀ ਦਰਸ਼ਕਾਂ ਨੂੰ ਸਮਝਾਉਣਾ ਚਾਹਾਂਗੇ। ਮੰਨ ਲਓ ਆਪਾਂ ਅਮੂਮਨ ਇੱਥੇ ਵੀ ਦੇਖਦੇ ਹਾਂ, ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂ, ਹੁਣ ਤਾਂ ਚਲੋ ਧਾਰਾਵਾਂ ਬਦਲ ਗਈਆਂ, ਜਾਂ ਪਹਿਲੇ 307 ਹੁੰਦਾ ਸੀ, 326 ਦੀ ਦਰਜ ਮਾਮਲਾ ਦਰਜ ਹੁੰਦਾ ਸੀ, 420 ਦੇ ਵਿੱਚ ਵੀ ਕਈ ਵਾਰੀ ਸੈਸ਼ਨਸ ਤੋਂ ਜ਼ਮਾਨਤਾਂ ਰੱਦ ਹੋ ਜਾਂਦੀਆਂ ਸੀਗੀਆਂ, ਹਾਈਕੋਰਟ ਜਾਣਾ ਪੈਂਦਾ ਸੀ, ਵਕੀਲਾਂ ਦਾ ਵੀ ਖਰਚਾ ਵੱਧ ਜਾਂਦਾ ਸੀਗਾ। ਕਿ ਹੁਣ ਮੈਂ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਕਿਸੇ ਨੂੰ ਆਪਾਂ ਇਹ ਮੋਟੀਵੇਟ ਤਾਂ ਨਹੀਂ ਕਰ ਸਕਦੇ ਕਿ ਤੁਸੀਂ ਕ੍ਰਾਈਮ ਕੰਡਕਟ ਕਰੋ, ਪਰ ਜੇਕਰ ਕਿਸੇ ਨੂੰ ਇਹ ਜੂਝਣਾ ਵੀ ਪੈ ਰਿਹਾ, ਤੁਹਾਨੂੰ ਲੱਗਦਾ ਕਿ ਹੁਣ ਜ਼ਮਾਨਤਾਂ ਦੇਣ ਵੇਲੇ ਜੱਜ ਸਾਹਿਬ ਦਾ, ਚਾਹੇ ਉਹ ਸੈਸ਼ਨਸ ਦੇ ਜੱਜ ਹੋਣ ਚਾਹੇ ਹਾਈਕੋਰਟ ਦੇ ਜਸਟਿਸ ਹੋਣ, ਉਹਨਾਂ ਦਾ ਰੁੱਖ ਜਿਹੜਾ ਹੁਣ ਬਦਲੂਗਾ ਸੁਪਰੀਮ ਕੋਰਟ ਦੇ ਇਸ ਟਿੱਪਣੀ ਤੋਂ ਬਾਅਦ? ਨੈਚੁਰਲੀ, ਕਿਉਂਕਿ ਸੁਪਰੀਮ ਕੋਰਟ ਸੁਪਰੀਮ ਆ, ਤੋ ਉਹ ਸਾਰੀਆਂ ਜਿਹੜੀਆਂ ਕੇਸਾਂ ਦੇ ਵਿੱਚ ਵੀ ਆਮ ਕੇਸ ਹਾਈ ਪ੍ਰੋਫਾਈਲ ਕੇਸ ਨਹੀਂ ਹੈਗੇ, ਮਨੀਸ਼ ਸੋਦੀਆ ਦਾ ਕੇਸ ਆਮ ਕੇਸਾਂ ਦੇ ਵਿੱਚ ਸਾਰਾ ਦੇਸ਼ ਦੇਖ ਰਿਹਾ ਸੀ, ਕਿਉਂਕਿ ਇਹ ਕੇਸ ਪੂਰੇ ਹਿੰਦੁਸਤਾਨ ਦੇ ਵਕੀਲਾਂ ਨੂੰ ਪਤਾ ਲੱਗ ਗਿਆ ਵੀ ਸੁਪਰੀਮ ਕੋਰਟ ਨੇ ਆ ਸਟਰਕਚਰ ਪਾਸ ਕੀਤਾ, ਇਹਨੂੰ ਸਟਰਕਚਰ ਪਾਸ ਕਰਨਾ ਕਹਿੰਦੇ ਆ। ਅੱਛਾ, ਠੀਕ ਹੈ ਨਾ ਜੀ। ਹੁਣ ਕੀ ਹੋਏਗਾ ਕਿ ਹਰ ਵਕੀਲ ਜਿਹਦੇ ਵਿੱਚ ਲੱਗ ਰਿਹਾ ਕਿ ਉਹਨੂੰ, ਹਾਂ ਵੈਸੇ ਤਾਂ ਹਰ ਜੱਜਮੈਂਟ ਜਿਹੜੀ ਆ ਡੇ ਟੂ ਡੇ ਵਕੀਲਾਂ ਕੋਲ ਜਿਹੜੇ ਆ ਉਹਨਾਂ ਕੋਲ ਆਉਂਦੀ ਆ ਵੀ ਤੁਸੀਂ ਜਿਹੜਾ ਆ ਕੀ ਕਹਿੰਦੇ ਆ ਵੀ ਤੁਸੀਂ ਆਹ ਜੱਜਮੈਂਟ ਆਈ ਆ, ਉਹ ਫਿਰ ਉਹ ਸਟੱਡੀ ਕਰਦੇ ਆ, ਫਿਰ ਅਪਲਾਈ ਕਰਦੇ ਆ ਉਹਨਾਂ ਨੂੰ ਵੱਖ ਵੱਖ ਕੇਸਾਂ ਦੇ ਉੱਤੇ, ਕਿਉਂਕਿ ਇਹ ਹਾਈਲਾਈਟ ਕੇਸ ਹੋ ਗਿਆ, ਇਹ ਚੀਜ਼ਾਂ ਚਰਚਾ ਦੇ ਵਿੱਚ ਆ ਗਈਆਂ, ਹੁਣ ਇਹ ਹਰ ਇੱਕ ਵਕੀਲ ਜਿਹੜਾ ਆ ਉਹ ਇਸ 'ਤੇ ਅਪਲਾਈ ਕਰੇਗਾ, ਔਰ ਕਰਨਾ ਵੀ ਚਾਹੀਦਾ ਕਿਉਂਕਿ ਸਾਫ਼ ਪਤਾ ਲੱਗ ਰਿਹਾ ਕਿ ਮਨੀਸ਼ ਸਿਸੋਦੀਆ ਵਾਲੇ ਕੇਸ ਦੇ ਵਿੱਚ ਵੀ 17 ਮਹੀਨੇ ਜਿਹੜੇ ਆ, ਜਦ ਪਤਾ ਹੈ ਕਿ ਨਾ ਤਾਂ ਮਨੀਸ਼ ਸਿਸੋਦੀਆ ਕਿਤੇ ਫਰਾਰ ਹੋ ਸਕਦੇ ਸੀ, ਇੱਕ ਪਬਲਿਕ ਫਿਗਰ ਸੀ, ਡਿਪਟੀ CM ਸੀ, ਬੜਾ ਵੱਡਾ ਅਹੁਦਾ ਸੀ, ਚਲੋ ਉਹ ਇਹ ਗੱਲ ਬਾਅਦ ਦੀ ਇਹ ਗੱਲ ਕਿ ਜਿਹੜੇ ਉਹਨਾਂ ਦੇ ਦੋਸ਼ ਲੱਗੇ ਆ ਉਹ ਹਲੇ ਸਾਬਤ ਹੋਣੇ ਆ, ਪਰ ਇਹ ਨਹੀਂ ਸੀਗਾ ਕਿ 17 ਮਹੀਨੇ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਰੱਖਿਆ ਜਾਣਾ ਚਾਹੀਦਾ। ਇਹ ਇੱਕ ਮੈਂ ਸਮਝਦਾ ਕਿ ਜੇ ਮਨੀਸ਼ ਸਿਸੋਦੀਆ ਨੇ 17 ਮਹੀਨੇ ਰਹਿ ਕੇ ਜੇ ਇਸ ਕੇਸ ਇਹਨਾਂ ਦੀ ਜ਼ਮਾਨਤ ਦੇ ਆਰਡਰਾਂ ਦਾ ਪੂਰੇ ਹਿੰਦੁਸਤਾਨ ਦੇ ਜੁਡੀਸ਼ਰੀ ਸਿਸਟਮ ਦੇ ਵਿੱਚ ਲਾਗੂ ਹੋ ਜਾਂਦਾ ਤੇ ਕਿਤੇ ਨਾ ਕਿਤੇ ਮਨੀਸ਼ ਸਿਸੋਦੀਆ ਦੀ ਕੁਰਬਾਨੀ ਜਿਹੜੀ ਆ ਉਹ ਸਾਰਿਆਂ ਦੇ ਕੰਮ ਆਏਗੀ ਜੀ। ਬਿਲਕੁਲ, ਜਿਸ ਤਰ੍ਹਾਂ ਬਰਿਆਣਾ ਸਾਹਿਬ ਨੇ ਸਮਝਾਇਆ ਕਿ ਹੁਣ ਜੋ ਅੱਜ ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ
ਜ਼ਮਾਨਤ ਦੇਣ ਵੇਲੇ ਜੋ ਟਿੱਪਣੀ ਕੀਤੀ ਉਹਨੂੰ ਸਟਰਕਚਰ ਕਿਹਾ ਜਾਂਦਾ, ਉਹ ਸਟਰਕਚਰ ਹੋ ਸਕਦਾ ਕਿ ਥੱਲੜੀਆਂ ਅਦਾਲਤ ਤੱਕ ਵੀ, ਸੁਪਰੀਮ ਕੋਰਟ ਤੋਂ ਲੈ ਕੇ ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ ਉਸ ਰੂਲ ਨੂੰ ਜਾਂ ਉਸ ਟਿੱਪਣੀ ਨੂੰ ਇੱਕ ਨਿਯਮ ਦੀ ਤਰ੍ਹਾਂ ਲਾਗੂ ਕੀਤਾ ਜਾਵੇ, ਔਰ ਜ਼ਮਾਨਤਾਂ ਜਿਹੜਾ ਇੱਕ ਅਪਰੂਵਰ ਦਾ ਹੱਕ ਹੁੰਦਾ, ਜਿਹਨੇ ਵੀ ਜਿਹਦੇ 'ਤੇ ਵੀ ਕੋਈ ਆਰੋਪ ਲੱਗੇ ਨੇ ਜਦੋਂ ਅਪਲਾਈ ਕਰਦਾ ਜ਼ਮਾਨਤ ਦੇ ਲਈ, ਤਾਂ ਜ਼ਮਾਨਤ ਲੈਣਾ ਉਹਦਾ ਹੱਕ ਹੋ ਜਾਂਦਾ, ਅਤੇ ਜ਼ਮਾਨਤ ਦੇਣ ਵਾਲੇ ਜੱਜਾਂ ਦੇ ਜਿਹੜਾ ਜ਼ਿਹਨ ਦੇ ਵਿੱਚ ਇਹ ਇੱਕ ਉਹਨੂੰ ਹੱਕ ਦੀ ਤਰ੍ਹਾਂ ਹੀ, ਜੇ ਉਹਨੂੰ ਜ਼ਮਾਨਤ ਉਸ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਵਿਅਕਤੀ ਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ, ਤਾਂ ਜ਼ਮਾਨਤਾਂ ਦੇ ਦੇਣੀ ਚਾਹੀਦੀਆਂ ਥਰਡੀਆਂ ਅਦਾਲਤਾਂ ਤੋਂ ਹੀ, ਤਾਂ ਕਿ ਉਸ ਵਿਅਕਤੀ ਨੂੰ ਜਾਂ ਉਹਦੇ ਪਰਿਵਾਰ ਨੂੰ ਉੱਪਰਲੀਆਂ ਅਦਾਲਤਾਂ ਤੱਕ ਨਾ ਜਾਣਾ ਪਵੇ, ਉਹਨੂੰ ਥੱਲੜੋਂ ਹੀ ਜਿਹੜਾ ਥੱਲੜੀਆਂ ਅਦਾਲਤਾਂ ਤੋਂ ਹੀ ਇਹ ਜ਼ਮਾਨਤ ਵਾਲੀ ਜਿਹੜੀ ਰਾਹਤ ਹੈ ਇਹ ਮਿਲ ਜਾਵੇ। ਉਮੀਦ ਕਰਦੇ ਹਾਂ ਤੁਹਾਨੂੰ ਇਸ ਜਿਹੜੀ ਅਸੀਂ ਚਰਚਾ ਕੀਤੀ ਹੈ ਇਹ ਤੁਹਾਨੂੰ ਵੀ ਬਖੂਬੀ ਸਮਝ ਆਈ ਹੋਏਗੀ, ਔਰ ਸ਼ਾਇਦ ਤੁਹਾਡੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਵੀ ਕਿਸੇ ਕੰਮ ਆ ਸਕੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।